ਅਗਲੀ ਗੱਲਬਾਤ ਜਿਹੜੀ ਫੂਡ ਦੇ ਨਾਲ ਸੰਬੰਧਿਤ ਹੈ ਅਸੀਂ ਫੂਡ ਇਨਫਲੇਸ਼ਨ ਦੀ ਗੱਲਬਾਤ ਕਰਕੇ ਹਟੇ ਹਾਂ ਤੇ ਐਕਸਪਰਟ ਕਹਿੰਦੇ ਆ ਕਿ ਜਿਹੜਾ ਫੂਡ ਵੇਸਟ ਆ ਉਹਨੂੰ ਕਿਸੇ ਨਾ ਕਿਸੇ ਤਰ੍ਹਾਂ ਘਟਾਇਆ ਜਾਵੇ ਤਾਂ ਸਮੱਸਿਆ ਹੱਲ ਹੋ ਸਕਦੀ ਹੈ ਫੂਡ ਵੇਸਟ ਬਹੁਤ ਜ਼ਿਆਦਾ ਹੋ ਰਿਹਾ ਹੈ ਨੈਸ਼ਨਲ ਜ਼ੀਰੋ ਵੇਸਟ ਕਾਉਂਸਲ ਆ ਇੱਕ ਆਰਗੇਨਾਈਜੇਸ਼ਨ ਆ ਜਿਹੜੀ ਫੋਕਸ ਕਰ ਰਹੀ ਆ ਸਸਟੇਨੇਬਲ ਪ੍ਰੈਕਟਿਸ ਦੇ ਉੱਤੇ 3% ਜਿਹੜਾ ਫੂਡ ਆ ਉਹ ਵੀ ਸਬਾਈ ਦੇ ਵਿੱਚ ਜਿਹੜਾ ਸਟਾਇਆ ਗਿਆ ਉਹ ਖਾਧਾ ਜਾ ਸਕਦਾ ਸੀ 63% ਇੱਕ ਪਾਸੇ ਤਾਂ ਮਹਿੰਗਾਈ ਆ ਤੇ ਫੂਡ ਬੈਂਕਾਂ ਦੇ ਵਿੱਚ ਲੋਕਾਂ ਨੂੰ ਜਾ ਕੇ ਖਾਣਾ ਖਾਣਾ ਪੈ ਰਿਹਾ ਵੀ ਘਰ ਉਹਨਾਂ ਨੂੰ ਖਾਣਾ ਨਹੀਂ ਮਿਲਦਾ ਇੱਕ ਪਾਸੇ ਫੂਡ ਬੈਂਕਾਂ ਲੋਕਾਂ ਨੂੰ ਕਹਿ ਰਹੀਆਂ ਵੀ ਸਾਨੂੰ ਜਾ ਕੇ ਖਾਣਾ ਦਿਓ ਜਾਂ ਸਾਨੂੰ ਡੋਨੇਸ਼ਨ ਦਿਓ ਮੈਂ ਗਈ ਵਧ ਗਈ ਸਾਡੀ ਬਸ ਜਿਹਨੇ ਲੋਕਾਂ ਨੂੰ ਅਸੀਂ ਖਿਲਾਉਂਦੇ ਸੀ ਉਹਨਾਂ ਨੂੰ ਹੁਣ ਨਹੀਂ ਖਿਲਾ ਸਕਦੇ ਦੂਜਾ ਜਿਹੜੇ ਖਾਣ ਵਾਲਿਆਂ ਦੀ ਗਿਣਤੀ ਵਧੀ ਜਾਂਦੀ ਹੈ ਦੂਜੇ ਪਾਸੇ ਖਬਰ ਇਹ ਆਉਂਦੀ ਆ ਕਿ ਜਿੰਨਾ ਕੈਨੇਡਾ ਦੇ ਵਿੱਚ ਵਾਧੂ ਖਾਣਾ ਛੁੱਟਿਆ ਗਿਆ ਉਹਦਾ ਇੱਕ ਵੱਡਾ ਹਿੱਸਾ ਜਿਹੜਾ 66 67% ਸੀਗਾ ਉਹ 33% ਜਿਹੜਾ ਫੂਡ ਸੀਗਾ ਉਹਨੂੰ ਖਾਦਾ ਜਾ ਸਕਦਾ ਸੀ ਉਹ ਐਸੀ ਛੁੱਟ ਦਿੱਤਾ ਗਿਆ ਹੁਣ ਰੌਲਾ ਇਹ ਆ ਕਿ ਜਿਹੜੇ ਬਹੁਤ ਸਾਰੇ ਕੁਐਸਚਨ ਇੰਪੈਕਟ ਕਰਦੇ ਆ ਇਸ ਗੱਲ ਨੂੰ ਜਿਹੜੇ ਖਾਸ ਕਰ ਜਿਹੜੇ ਬਾਇਓ ਡਿਗਰੇਬਲ ਆਈਟਮਸ ਆ ਜਿਹੜੀਆਂ ਲੈਂਡਫਿਲਸ ਦੇ ਵਿੱਚ ਚੱਲਿਆ ਜਾਂਦੀਆਂ ਤੇ ਫਿਰ ਉਹਦੇ ਵਿੱਚੋਂ ਮੀਥੇਨ ਨਿਕਲਦੀ ਹੈ ਤੇ ਮੀਥੇਨ ਜਿਹੜੀ ਉਹ ਸਭ ਤੋਂ ਜ਼ਿਆਦਾ ਖਤਰਨਾਕ ਗ੍ਰੀਨ ਹਾਊਸ ਗੈਸ ਦੱਸੀ ਜਾ ਰਹੀ ਹੈ ਮੀਥੇਨ ਦਾ ਜ਼ਿਆਦਾ ਇੱਕ ਇਮੀਡੀਏਟ ਪ੍ਰੋਬਲਮ ਆ ਇਸ ਵੇਲੇ ਜਿਹੜੀ ਪ੍ਰੋਬਲਮ ਪੈਦਾ ਕਰਦੀ ਹੈ 80 ਟਾਈਮ ਜ਼ਿਆਦਾ ਹੀਟਿੰਗ ਪਾਵਰ ਆ ਇਹਦੇ ਵਿੱਚ ਕਾਰਬਨ ਡਾਈਆਕਸਾਈਡ ਨਾਲੋਂ ਜਦੋਂ ਜਿਹੜੀਆਂ ਇਹ ਇੱਕ ਤਾਂ ਤੁਸੀਂ ਖਾਣਾ ਵੇਸਟ ਕੀਤਾ ਜਿਹੜਾ ਇੰਨਾ ਕੀਮਤੀ ਖਾਣਾ ਸੀ ਦੂਜਾ ਉਹ ਜਦੋਂ ਉਹਨੂੰ ਸਿੱਟ ਦਿੰਨੇ ਆ ਕਿਤੇ ਦੱਬ ਦਿੰਨੇ ਆ ਆਪਾਂ ਕਿਸੇ ਖੇਤ ਜਾਂ ਲੈਂਡਫਿਲ ਦੇ ਵਿੱਚ ਉਹ ਸੜਨ ਤੋਂ ਬਾਅਦ ਜਿਹੜੀ ਇੱਕ ਬਹੁਤ ਮਾੜੀ ਉਹਦੇ ਵਿੱਚ ਉਹ 스ਮੈਲ ਆਉਂਦੀ ਹੁੰਦੀ ਆ ਉਹ ਮੀਥੇਨ ਦੀ 스ਮੈਲ ਹੁੰਦੀ ਆ ਮੀਥੇਨ ਗੈਸ ਆ ਜਿੱਦਾਂ ਅੰਡੇ ਸੜੇ ਹੁੰਦੇ ਆ ਓਦਾਂ ਦੀ ਇਹਦੀ 스ਮੈਲ ਹੁੰਦੀ ਆ ਉਹ ਹੁਣ ਮੀਥੇਨ ਗੈਸ ਜਦੋਂ ਹਵਾ ਦੇ ਵਿੱਚ ਜਾਂਦੀ ਆ ਤੇ ਉਹ ਹੀਟਿੰਗ ਪੈਦਾ ਕਰ ਰਹੀ ਆ ਔਰ ਕਾਰਬਨ ਡਾਈਆਕਸਾਈਡ ਅਸੀਂ ਕਿਹਨੇ ਬਹੁਤ ਮਾੜੀ ਆ ਵੀ ਕਾਰਬਨ ਡਾਈਆਕਸਾਈਡ ਨੁਕਸਾਨ ਕਰਦੀ ਆ ਇਹ 80 ਗੁਣਾ ਜ਼ਿਆਦਾ ਉਹਦੇ ਤੋਂ ਹੀਟ ਪੈਦਾ ਕਰਦੀ ਆ ਦੁਨੀਆ ਦੇ ਵਿੱਚ ਇਸ ਵੇਲੇ ਵੱਡਾ ਕੰਸਰਨ ਇਹੀ ਆ ਕਿ ਕਿਸੇ ਨਾ ਕਿਸੇ ਤਰ੍ਹਾਂ ਪਲੈਨਟ ਜਿਹੜਾ ਠੰਡਾ ਰਹੇ ਤੇ ਜਿਹੜੀਆਂ ਗ੍ਰੀਨ ਹਾਊਸ ਗੈਸੇਸ ਆ ਇਹਨਾਂ ਦਾ ਕੱਢਣਾ ਬੰਦ ਕਰ ਦਿੱਤਾ ਜਾਵੇ ਇਹ ਸਾਰੇ ਕੁਝ ਦੇ ਉੱਤੇ ਇਹ ਵੱਡਾ ਅਸਰ ਪੈ ਰਿਹਾ ਆ ਸੋ ਫੂਡ ਵੇਸ ਨੂੰ ਕਿਸੇ ਨਾ ਕਿਸੇ ਤਰ੍ਹਾਂ ਰਿਡਿਊਸ ਕਰਨਾ ਚਾਹੀਦਾ ਜਿਹੜੀਆਂ ਜਿਹੜੀਆਂ ਸਾਡੀਆਂ ਫ੍ਰਿਜਾਂ ਆ ਜਾਂ ਜਿੱਥੋਂ ਅਸੀਂ ਬਾਏ ਕਰਦੇ ਆ ਉਹਨਾਂ ਦੇ ਉੱਤੇ ਸਾਨੂੰ ਖਿਆਲ ਰੱਖਣਾ ਚਾਹੀਦਾ ਕਿ ਅਸੀਂ ਕੀ ਖਰੀਦਣਾ ਤੇ ਕੀ ਅਸੀਂ ਨਹੀਂ ਖਰੀਦਣਾ ਅੱਜ ਇਸ ਗੱਲਬਾਤ ਦੇ ਉੱਤੇ ਵੀ ਕਾਫੀ ਜ਼ਿਆਦਾ ਚਰਚਾ ਹੋ ਰਹੀ ਹੈ ਕਿ ਇੱਕ ਪਾਸੇ ਮਹਿੰਗਾਈ ਬਹੁਤ ਆ ਫੂਡ ਹੈ ਨਹੀਂ ਦੂਜੇ ਪਾਸੇ ਜਿੱਨਾ ਅਸੀਂ ਫੂਡ ਸਿੱਟ ਰਹੇ ਆ ਇਹ ਖਾਦਾ ਜਾ ਸਕਦਾ ਹੁੰਦਾ ਇਹਨੂੰ ਐਵੇਂ ਵੇਸਟ ਕੀਤਾ ਜਾ ਰਿਹਾ ਹੈ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ